ਮਿਤੀ 6/4 ਨੂੰ ਤਕਰੀਬਨ 1:55 'ਤੇ ਤਰਨ ਤਾਰਨ ਰੋਡ ਦੇ ਵਿੱਚ ਥਾਣਾ ਬੀ ਡਿਵੀਜ਼ਨ ਦੇ ਅੰਡਰ ICICI ਬੈਂਕ ਦੇ ਵਿੱਚ ਜਿਹੜੀ ਹੈ ਉਹ ਇੱਕ ਬੜੀ ਸੈਂਸੇਸ਼ਨਲ ਰੋਬਰੀ ਹੋਈ ਸੀ, ਜਿਹ 'ਚ 3 ਨੌਜਵਾਨ ਉੱਥੇ ਵੜੇ ਔਰ ਪਿਸਟਲ ਪੁਆਇੰਟ 'ਤੇ ਉਹਨਾਂ ਨੇ ਉੱਥੋਂ ਕੈਸ਼ ਜਿਹੜਾ ਰੋਬ ਕੀਤਾ। ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਮਿਲੀ, ਕਿਉਂਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਪੁਲਿਸ ਦੇ ਦੇਣ ਦੀ ਬਜਾਏ, ਕਿਉਂਕਿ ਉਹਨਾਂ ਦੇ ਮੈਨੇਜਰ ਸਾਹਿਬ ਉੱਥੇ ਨਹੀਂ ਸੀਗੇ, ਉਹਨਾਂ ਨੇ ਆਪਸ 'ਚ ਗੱਲ ਕਰਕੇ ਜਦੋਂ ਸਾਨੂੰ ਕਾਲ ਕੀਤੀ ਉਦੋਂ ਹੀ ਸਾਰੇ ਐਕਸ਼ਨ 'ਚ ਆਏ ਸਾਰੇ ਜਣੇ, ਔਰ ਸਾਰੇ ਸੀਨੀਅਰ ਅਫਸਰ ਅਸੀਂ ਮੌਕੇ 'ਤੇ ਪਹੁੰਚੇ ਔਰ ਕਲੂਜ਼ ਇਕੱਠੇ ਕੀਤੇ ਉੱਥੋਂ। ਉਹਦੇ 'ਚ ਬੇਸਿਕ ਗੱਲ ਇਹ ਆਈ ਕਿ 3 ਨੌਜਵਾਨ ਨੇ ਔਰ ਭੱਜੇ ਵੀ ਪੈਦਲ ਉਹ ਜਿਹੜੇ ਉੱਥੋਂ ਬੈਂਕ ਰੋਬਰੀ ਕਰਕੇ, ਤਾਂ ਉਸ ਫੋਲੋਅਪ ਦੇ ਵਿੱਚ ਕੇਸ ਨੂੰ ਬੜੇ ਫਾਸਟ ਤਰੀਕੇ ਨਾਲ ਪਹਿਲਾਂ ਆਈਡੈਂਟੀਫਾਈ ਕੀਤੇ ਅਸੀਂ ਮੁਲਜ਼ਮ, ਔਰ 24 ਘੰਟੇ ਦੇ ਵਿੱਚ ਵਿੱਚ ਸਾਰੇ ਗ੍ਰਿਫਤਾਰੀਆਂ ਹੋਈਆਂ ਇਹ, ਔਰ ਕੈਸ਼ ਵੀ ਰਿਕਵਰ ਹੋਇਆ ਕਾਫੀ ਹੱਦ ਤੱਕ ਹੋ ਗਿਆ। ਸੋ ਬੇਸਿਕਲੀ ਜਿਹੜੇ 3 ਮੁਲਜ਼ਮ ਨੇ, ਇਹ ਹੈਗਾ ਇੱਕ ਸੂਰਜ ਸੁਲਤਾਨਵਿੰਦ ਰੋਡ ਦਾ ਤਕਰੀਬਨ 22 ਸਾਲ ਦਾ, ਇੰਦਰਜੀਤ ਏਲੀਅਸ ਸਾਜਨ ਇਹ ਹੈਗਾ ਭਾਈ ਮਨ ਸਿੰਘ ਰੋਡ ਸੁਲਤਾਨਵਿੰਡ 19 ਸਾਲ, ਪ੍ਰਿੰਸ ਏਲੀਅਸ ਸ਼ੇਰਾ ਇਹ ਗੋਬਿੰਦ ਨਗਰ ਸੁਲਤਾਨਵਿੰਦ ਰੋਡ ਦਾ ਹੈਗਾ। ਇਹਨਾਂ ਦੀ ਉਮਰ ਹੈਗੀ ਜੀ 32 ਸਾਲ ਪ੍ਰਿੰਸ ਦੀ, ਅਤੇ ਤੁਹਾਨੂੰ ਦੱਸ ਰਿਹਾ ਜੀ ਹੁਣੀ ਸੂਰਜ ਏਲੀਅਸ ਪੁੱਤਰ ਨਰਿੰਦਰ ਸਿੰਘ ਉਰਫ ਬਿੱਟੂ ਭਾਈ ਮਨ ਸਿੰਘ ਰੋਡ ਸੁਲਤਾਨਵਿੰਡ, ਇੰਦਰਜੀਤ ਉਰਫ ਸਾਜਨ ਪੁੱਤਰ ਤੇਜਿੰਦਰਪਾਲ ਸਿੰਘ ਗਲੀ ਨੰਬਰ 96 ਭਾਈ ਮਨ ਸਿੰਘ ਰੋਡ ਸੁਲਤਾਨਵਿੰਡ ਅੰਮ੍ਰਿਤਸਰ, ਪ੍ਰਿੰਸ ਉਫ ਉਰਫ ਸ਼ੇਰਾ ਪੁੱਤਰ ਸੁਰਜੀਤ ਸਿੰਘ ਮਕਾਨ ਨੰਬਰ 10 ਗਲੀ ਨੰਬਰ 4 ਗੋਬਿੰਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਉਮਰ 32 ਸਾਲ। ਸੋ ਬੇਸਿਕਲੀ ਜੋ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹ 3 ਬੰਦਿਆਂ ਨੇ ਸਲਾਹ ਕੀਤੀ ਔਰ 3-4 ਦਿਨ ਤੋਂ ਇਹ ਇਸ ਤਾਕ ਦੇ ਵਿੱਚ ਸੀ। ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ, ਅਤੇ ਇਹਨਾਂ ਨੇ ਇਹੀ ਪਲੈਨਿੰਗ ਬਣਾਈ ਸੀ ਕਿ ਆਪਾਂ ਪੈਸੇ ਲੈ ਕੇ ਅਤੇ ਕੁਛ ਚੀਜ਼ਾਂ ਖਰੀਦਣੀਆਂ, ਜਿਵੇਂ ਕਾਰ ਖਰੀਦਣੀ ਸੀ, ਉਹ ਹੋਰ ਚੀਜ਼ਾਂ ਕਰਨੀਆਂ ਸੀਗੀਆਂ। ਇਹਨਾਂ ਨੂੰ ਸਾਰਾ ਪਲੈਨਡ ਵੇ ਨਾਲ ਇਹਨੂੰ ਐਗਜੀਕਿਊਟ ਕੀਤਾ, ਔਰ ਉਸ ਟਾਈਮ ਦੇਖਿਆ ਕਿ ਉਦੋਂ ਬੈਂਕ ਦੇ ਵਿੱਚ ਬਹੁਤੀ ਆਵਾਜਾਈ ਵੀ ਨਹੀਂ ਸੀਗੀ, ਅਤੇ ਟਾਈਮ ਪੌਣੇ 2 ਦਾ 2 ਵੱਜਣ ਵਾਲਾ ਟਾਈਮ ਥੋੜ੍ਹਾ ਜਿਹਾ ਘੱਟ ਜਾਂਦਾ ਕਸਟਮਰ ਵੀ। ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਲੁੱਟ ਕੇ ਅਤੇ ਆਪਸ 'ਚ ਡਿਸਟ੍ਰੀਬਿਊਟ ਵੀ ਕੁਛ ਕੀਤਾ, ਅਤੇ ਕੁਛ ਇਹਨਾਂ ਨੇ ਪੇਮੈਂਟਸ ਵੀ ਕੀਤੀਆਂ, ਪਰ ਪੁਲਿਸ ਮਗਰ ਚੜ੍ਹੀ ਰਹੀ। ਉਹ ਸਾਰੇ ਇਹ 3 ਜਿਹੜੇ ਗ੍ਰਿਫਤਾਰ ਹੋ ਚੁੱਕੇ। ਟੋਟਲ ਕੈਸ਼ ਜੋ ਬੈਂਕ ਵਾਲਿਆਂ ਨੇ ਲਿਖਾਇਆ ਸੀ ਉਹ 12,78,122 ਰੁਪਈਏ ਲਿਖਾਇਆ ਸੀਗਾ, ਉਹ 'ਚੋਂ 7,70,000 ਰੁਪਈਆ ਇੱਕ ਪਿਸਟਲ, 5 ਰੌਂਦ ਔਰ ਇੱਕ ਇਹਨਾਂ ਕੋਲ ਨਾਲ ਹੋਰ ਵੀ ਡਮੀ ਪਿਸਟਲ ਵੀ ਲੈ ਕੇ ਘੁੰਮ ਰਹੇ ਸੀਗੇ, ਉਹ ਵੀ ਬਰਾਮਦ ਕੀਤਾ ਗਿਆ। ਅਤੇ ਇਹਦੇ ਖਿਲਾਫ ਜਿਹੜੇ ਪੁਰਾਣੀ, ਜੇ ਇਹਨਾਂ ਦੀ ਆਪਾਂ ਦੇਖੀਏ ਹਿਸਟਰੀ, ਤਾਂ ਜਿਹੜਾ ਸੂਰਜ ਇਹਦੇ ਖਿਲਾਫ ਪਹਿਲਾਂ ਜਿਹੜੇ ਸਨੈਚਿੰਗ ਦੇ ਅਤੇ ਚੋਰੀ ਦੇ 7 ਮੁਕੱਦਮੇ ਦਰਜ ਹੈ, ਔਰ ਇੰਦਰਜੀਤ ਉਰਫ ਸਾਜਨ ਦੇ ਖਿਲਾਫ 3 ਮੁਕੱਦਮੇ ਦਰਜ ਹੈ। ਬੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਮੈਂ ਜ਼ਰੂਰ ਸ਼ਲਾਘਾ ਕਰਦਾ ਕਿ ਸਾਰੀ ਟੀਮ, ਹਾਲਾਂਕਿ SHO ਸਾਹਿਬ ਵਿਚਾਰੇ ਕੋਈ ਮਜਬੂਰੀ ਕਰਕੇ ਬਾਹਰ ਸੀਗੇ, ਇਹਨਾਂ ਦੀ ਟੀਮ ਨੇ ਹਰਪ੍ਰੀਤ ਮੰਡੇਰ ਸਾਹਿਬ ਦੀ ਰਹਿਨੁਮਾਈ ਦੇ ਵਿੱਚ, ADCP ਆਪਣੇ ਨਵਜੋਤ ਜੀ, ਗੁਰਿੰਦਰ ਵੀਰ ਜੀ, ਸਾਡੇ CIA ਇੰਸਪੈਕਟਰ ਮੋਲਕ
ਔਰ ਆ ਕੇ ਸੁਖਬੀਰ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕੀਤੀ ਅਤੇ ਸਾਰਾ ਇਹ ਉਹਦੇ 'ਚ ਇਨਵੋਲਵ ਹੋ ਕੇ ਇਹਨੂੰ ਫਾਈਨਲਾਈਜ਼ ਕੀਤਾ। ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਜਿਹੜੇ ਕੋਂਸਟੇਬਲ ਤੋਂ ਲੈ ਕੇ ਕੁਛ ASI ਤੱਕ ਵੀ ਹੈਗੇ, ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨਿਤ ਮੈਂ ਕਰਨਾ, ਕਿਉਂਕਿ ਉਹਨਾਂ ਨੇ ਬਹੁਤ ਜਲਦੀ ਤਰੀਕੇ ਨਾਲ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਵਾਰਦਾਤ ਤੋਂ ਬਾਅਦ ਬਿਨਾਂ ਘਬਰਾਏ ਆਪਣੀ ਇਨਵੈਸਟੀਗੇਸ਼ਨ ਜੁਟੇ ਔਰ ਇਨਫੋਰਮੇਸ਼ਨ ਜਨਰੇਟ ਕੀਤੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ, ਔਰ ਇਹ ਕਾਮਯਾਬੀ ਸਾਨੂੰ ਬੜੇ ਸ਼ੋਰਟ ਸਪੈਨ 'ਚ ਮਿਲੀ। ਆਈਡੈਂਟੀਫਿਕੇਸ਼ਨ ਸੇਮ ਡੇ ਕੀਤੀ ਅਤੇ ਔਰ ਉਹਦੇ 'ਚ ਜਦੋਂ ਮੁਲਜ਼ਮ ਇਹੋ ਜਿਹੀ ਵਾਰਦਾਤ ਕਰਦਾ ਤੁਹਾਨੂੰ ਪਤਾ ਆਪਣੇ ਛੁਪਣ ਦਾ ਪਹਿਲਾਂ ਸੋਚ ਕੇ ਨਿਕਲਦਾ, ਸੋ ਸਾਨੂੰ ਥੋੜ੍ਹਾ ਟਾਈਮ ਲੱਗ ਗਿਆ। ਸੋ ਉਹਦੇ ਜਿਹੜੀ ਐਕਟਿਵਾ ਹੈਗੀ ਹੈ ਜਿੱਤੇ ਵਾਰਦਾਤ ਕੀਤੀ ਉਹ ਵੀ ਬਰਾਮਦ ਕਰ ਲਈ ਗਈ ਹੈ, ਕੈਸ਼ ਥੋੜ੍ਹਾ ਜਿਹਾ ਬਚਿਆ ਹੋਇਆ ਉਹ ਸਾਡੀਆਂ ਪਾਰਟੀਆਂ ਔਨ ਦੀ ਜੋਬ ਨੇ, ਉਹ ਸਾਰਾ ਕੰਪਲੀਟ ਹੋ ਜਾਏਗਾ। ਕੁਛ ਇਹਨਾਂ ਨੇ ਖਰਚ ਲਿਆ ਸੀਗਾ ਔਰ ਮੇਨ ਗੱਲ ਇਹ ਹੈ ਕਿ ਆਪਣੇ ਆਪਣੇ ਘਰਾਂ 'ਚ ਜਾ ਕੇ ਕੱਪੜੇ ਵੀ ਬਦਲੇ ਇਹਨਾਂ ਨੇ, ਉਹ ਘਰਦਿਆਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜ ਸੀ, ਮਦਰ ਹੋਵੇ ਜਾਂ ਕੁਛ ਹੋਵੇ, ਸਿਸਟਰ ਹੋਵੇ, ਬ੍ਰਦਰ ਹੋਵੇ, ਜਦੋਂ ਬੰਦਾ ਇਹੋ ਜਿਹੀ ਚੀਜ਼ ਜਾ ਕੇ ਘਰ ਜਾ ਰਿਹਾ ਤਾਂ ਉੱਥੋਂ ਇਹਦਾ ਮਤਲਬ ਉਹਨਾਂ ਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੈ ਉਹਦੇ 'ਚ ਦੇਖਿਆ ਜਾਵੇ। ਬੈਕਗਰਾਊਂਡ ਤਾਂ ਤੁਹਾਨੂੰ ਪਤਾ ਹੀ, ਇਹ ਬੰਦੇ ਇੱਕ ਤਾਂ ਪੁਰਾਣੇ ਕ੍ਰਿਮੀਨਲ ਨੇ ਔਰ ਪੈਸੇ ਦਾ ਲਾਲਚ, ਬੇਸਿਕਲੀ ਤਾਂ ਇਹਨਾਂ ਨੂੰ ਇਹ ਲੱਗਿਆ ਕਿ ਆਪਾਂ 4 ਪੈਸੇ ਕਮਾਈਏ, ਗੱਡੀ ਵੀ ਲਵਾਂਗੇ, ਹੋਰ ਕਰਾਂਗੇ ਆਪਣਾ ਐਸ਼ ਇਸ਼ਰਤ ਅਤੇ ਸਾਰਾ ਜਿਹੜਾ ਲਾਈਫ ਸਟਾਈਲ, ਕਿਉਂਕਿ ਜਿਹੜਾ ਆਪਣੇ ਬੀ ਡਿਵੀਜ਼ਨ ਪੁਲਿਸ ਨੇ ਪਹਿਲਾਂ ਵੀ ਇੰਦਰਜੀਤ ਸਾਹਿਬਜਨ ਨੂੰ 109 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਕੁਛ ਦਿਨ ਪਹਿਲਾਂ, ਔਰ ਇਹ ਮੇਰੇ ਖਿਆਲ 24-25 ਦੇ ਕਰੀਬ ਇਹ ਜਮਾਨਤ 'ਤੇ ਆਇਆ ਜੇਲ੍ਹ 'ਚੋਂ। ਸੋ ਆਈ ਐਪਰੀਸ਼ੀਏਟ ਕਿ ਪੁਲਿਸ ਜਿਹੜੀ ਹੈ ਪੁਰਾਣੇ ਮੁਲਜ਼ਮਾਂ ਨੂੰ ਜੋ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹੈਬਿਚੁਅਲ ਅਫੈਂਡਰ ਨੇ ਉਹਨਾਂ ਨੂੰ ਪਰਸਿਊ ਕਰ ਰਹੀ ਹੈ। ਪ੍ਰਿੰਸ ਜ਼ਿਆਦਾ ਅੱਗੇ ਆਇਆ ਸੀ ਜੀ, ਪਰ ਸਭ ਤੋਂ ਪਹਿਲਾਂ ਬੈਂਕ ਦੇ ਵਿੱਚ ਸਾਜਨ ਐਂਟਰ ਹੋਇਆ, ਉਹਨੇ ਜਾ ਕੇ ਮੈਡਮ ਨੂੰ ਪੁੱਛਿਆ ਕੈਸ਼ ਬਾਰੇ, ਫਿਰ ਦੂਜਿਆਂ ਨੂੰ ਇਸ਼ਾਰਾ ਕਰਕੇ ਉੱਥੇ ਬੰਦੇ ਅੰਦਰ ਆਏ। ਦੇਖੋ ਜੀ, ਇਹ ਲੋਦੋਂ ਕਹਿ ਰਹੇ ਸੀਗੇ ਆਪਾਂ, ਪਰ ਬੰਦੇ 3 ਹੀ ਆਏ ਬੇਸਿਕਲੀ। ਉਹ ਕਈ ਵਾਰੀ ਬੰਦੇ ਨੂੰ ਲੱਗਦਾ ਕੋਈ ਬਾਹਰ ਖੜ੍ਹਾ ਬੰਦਾ, ਪੁਲਿਸ ਨੂੰ ਫਫੜਾ ਦਫੜੀ ਦੇ ਵਿੱਚ ਉਹ ਪਤਾ ਨਹੀਂ ਕਿਹਨੇ ਕਿਹਾ, ਆਪਣੇ ਕੋਲ 3 ਹੀ ਬੰਦੇ, ਬੈਂਕ ਵਾਲਿਆਂ ਨੇ ਵੀ ਕਿਹਾ, ਭੱਜਦੇ ਵੀ 3 ਹੀ ਰਹੇ ਆ, ਔਰ ਜਿਹੜੀ ਐਕਟਿਵਾ ਦੇ ਉੱਤੇ ਜਾਂਦੇ ਹੋਏ ਵੀ ਦੇਖੇ ਗਏ NCCTV। ਦੇਖੋ ਉਹਦੇ 'ਚ ਮੈਂ ਜਿਹੜੀ ਅਗਲੀ ਪੁਆਇੰਟ 'ਤੇ ਇੱਥੇ ਆ ਰਿਹਾ ਸੀ, ਬੈਂਕ ਮੈਨੇਜਰ ਸਾਹਿਬ ਨਾਲ ਮੈਂ ਵੀ ਗੱਲ ਕੀਤੀ ਸੀ, ਉਹ ਕਹਿੰਦੇ, ਮੈਂ ਉਸ ਗੱਲ 'ਤੇ ਵੀ ਪੁਲਿਸ ਨੂੰ ਐਪਰੀਸ਼ੀਏਟ ਕਰਦਾ ਕਿ SHO ਸਾਹਿਬ ਅਤੇ ਜਿਹੜਾ ਇਹਨਾਂ ਦਾ ਉਸ ਏਰੀਏ ਦਾ ਬੀਟ ਦਾ ਜ਼ੈਲ ਦਾ ASI ਹੈ, ਉਹ ਉਹਨਾਂ ਨੂੰ ਬਾਰ ਬਾਰ ਟੋਕਦਾ ਸੀ ਜਾ ਕੇ ਕਿ ਤੁਸੀਂ ਬੈਂਕ 5-6 ਮਹੀਨੇ ਤੋਂ ਖੋਲ੍ਹਿਆ ਸੀਗਾ, ਨਵਾਂ ਬ੍ਰਾਂਚ ਹੈ, ਤੁਸੀਂ ਆਪਣਾ ਗਾਰਡ ਜ਼ਰੂਰ ਲੈ ਕੇ ਆਓ। ਇਸ ਤੋਂ ਇਲਾਵਾ ਹੁਣ ਮੈਂ ਲੀਡ ਬੈਂਕ ਵਾਲਿਆਂ ਨੂੰ ਬੁਲਾ ਕੇ ਇਹਨਾਂ ਦੀ ਮੀਟਿੰਗ ਕਰਾਂਗੇ 1-2 ਦਿਨ 'ਚ, ਕੱਲ੍ਹ ਪਰਸੋਂ 'ਚ ਹੀ, ਸਾਰੇ ਆਪਣੇ ਕਮਿਸ਼ਨਰੇਟ ਵਾਸਤੇ। ਵੀ ਵਿਲ ਮੇਕ ਸ਼ੋਰ ਕਿ ਉਹਨਾਂ ਨੂੰ ਅਸੀਂ ਪਰਸੂ ਕਰੀਏ ਕਿ ਸਿਕਿਉਰਿਟੀ ਗਾਰਡ ਤਾਂ ਰੱਖਣ ਹੀ ਰੱਖਣ। ਇਸ ਤੋਂ ਇਲਾਵਾ ਜਿਹੜਾ CCTV ਦਾ DVR ਹੈ ਉਹ ਵੀ ਇਹੋ ਜਿਹੀ ਜਗ੍ਹਾ ਹੋਵੇ, ਕਿਤੇ ਕੋਈ ਪ੍ਰੋਫੈਸ਼ਨਲ ਹੋਰ ਬੰਦੇ ਆਉਂਦੇ ਉਹ DVR ਨੂੰ ਪਹਿਲਾਂ ਪੈਂਦੇ ਆ। ਨੰਬਰ 3, ਕਿ ਜਿੱਥੇ ਕੈਸ਼ ਹੈਗਾ ਉੱਥੇ ਅਲਾਰਮ ਦਾ ਸਿਸਟਮ ਹੋਵੇ ਸੋਫਟ ਟੱਚ ਵਾਲਾ, ਵੱਧ ਤੋਂ ਵੱਧ ਉਹਦੀ ਗਲਤੀ ਇਹ ਹੋ ਸਕਦੀ ਕਿਤੇ ਅਲਾਰਮ ਗਲਤੀ ਨਾ ਵੱਜ ਜੂਗਾ, ਪਰ ਉਹ ਸਟਿਲ ਬੈਟਰ ਹੈ ਪ੍ਰੀਵੈਂਸ਼ਨ। ਦੇਖੋ ਬਾਅਦ ਚ ਮੈਂ ਆਪ ਉਹੀ ਕਹਿ ਰਿਹਾ,
ਹਾਂਜੀ ਨਹੀਂ ਭਾਈ ਸਾਹਿਬ ਦੇਖੋ ਬੜੀ ਸਿੰਪਲ ਗੱਲ ਹੈ, ਕਿੰਨਾ ਸੈਂਸੇਸ਼ਨਲ ਕ੍ਰਾਈਮ ਨਾਲ ਸਮਾਜ ਦੇ ਉੱਤੇ ਅਸਰ ਪੈਂਦਾ, ਪੁਲਿਸ ਦੇ ਰਿਸੋਰਸਿਸ ਸਾਰਾ ਕੰਮ ਛੱਡ ਕੇ ਦਿਨ ਰਾਤ ਸਾਰੀ ਟੀਮ ਲੱਗੀ ਰਹੀ ਹੈ। ਸੋ ਉਹਦੇ 'ਚ ਡੈਫੀਨੇਟਲੀ ਅਸੀਂ ਬੈਂਕ ਨਾਲ ਗੱਲ ਕਰਕੇ ਜੇ ਕੋਈ ਇਹੋ ਜਿਹੀ ਗੱਲ ਹੋਏਗੀ ਉਹ ਦੇਖਾਂਗੇ, ਪਰ ਉਹ ਬੈਂਕ ਮੈਨੇਜਰ ਕਹਿੰਦਾ ਸੀ ਮੈਂ ਆਪਣੇ ਵਾਰ ਵਾਰ ਉਹਨੇ ਵੀ ਟੇਕਅਪ ਕੀਤਾ ਸੀਗਾ, ਇਹ ਲਕੂਨਾ ਹੈਗਾ ਜਿਹੜਾ ਸਾਹਮਣੇ ਆਇਆ। ਔਰ ਕਈ ਵਾਰੀ ਕ੍ਰਾਈਮ ਤੋਂ ਬਾਅਦ ਚੀਜ਼ਾਂ ਸਾਹਮਣੇ ਆਉਂਦੀਆਂ, ਇਹਨੂੰ ਅਸੀਂ ਜਲਦੀ ਦਰੁਸਤ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬੈਂਕ ਸਾਡੇ ਅੰਡਰ ਤਾਂ ਹੈ ਨਹੀਂ, ਬਟ ਆਈ ਵਿਲ ਡੂ ਮਾਈ ਬੈਸਟ। ਉਹ ਬਣਾ ਲਈ ਹੋਈ ਹੈ, ਥਾਣੇ ਵਾਲਿਆਂ ਨੂੰ ਪਤਾ ਹੀ ਹੈ ਤਕਰੀਬਨ ਸਾਰੇ, ਕਿਉਂਕਿ ਅਸੀਂ ਰੈਗੂਲਰਲੀ ਪੀ ਸੀ ਆਰ ਅਤੇ ਥਾਣੇ ਦੀਆਂ ਪੈਟਰੋਲਿੰਗ ਪਾਰਟੀ ਡਿਊਟੀ ਅਫਸਰ ਚੈੱਕ ਕਰਦੇ ਰਹਿੰਦੇ ਬੈਂਕਾਂ ਨੂੰ। ਸਰ ਕੁਝ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ 5 ਲੱਖ ਦੀ ਰਾਸ਼ੀ ਘੱਟ ਹੈ, ਕੀ ਇਹਨਾਂ ਨੇ ਯਕਦਮ ਕਿੱਧਰਲੀ ਸਾਈਡ ਦਿੱਤੀ ਹੈ? ਦੇਖੋ ਹੁਣ ਵੀ ਜਿਹੜੀ ਹੈ ਅਸੀਂ ਬੜੀ ਪ੍ਰਚੂਨ ਤੋਂ ਕਿਸੇ ਨੂੰ ਆਪਣੇ ਰਿਸ਼ਤੇਦਾਰ ਨੂੰ ਫੜਾ ਦਿੱਤੀ, ਤੂੰ ਉੱਥੇ ਰੱਖਦੇ ਕੁਛ ਬੰਦੇ ਇੱਕ ਦੋ ਮਿਸਿੰਗ ਨੇ ਉਹਨਾਂ 'ਚੋਂ, ਮਤਲਬ ਘਰਦਿਆਂ 'ਚੋਂ ਹੀ ਉਹ ਮਿਲ ਜਾਣਗੇ। ਨਹੀਂ ਨਹੀਂ ਇਹ ਸਾਰਿਆਂ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਇੱਥੋਂ ਹੀ ਕੀਤੀ ਗਈ ਹੈ, ਭਾਈ ਮਨ ਸਿੰਘ ਰੋਡ ਦੇ ਖੇਤਰ ਦੇ ਵਿੱਚੋਂ ਹੀ। ਹਾਂਜੀ ਥੋੜ੍ਹੀ ਦੇਰ ਪਹਿਲਾਂ ਇੱਕ ਇਹਨਾਂ ਨੇ ਉੱਥੇ ਕਿਸੇ ਬਾਗ ਦੇ ਵਿੱਚ ਰੁਕੇ ਹੈ, ਉੱਥੇ ਥੋੜ੍ਹਾ ਬਹੁਤਾ ਪੈਸੇ ਵੰਡੇ, ਆਪਣੀ ਗੱਲਬਾਤ ਕੀਤੀ, ਫਿਰ ਉੱਥੋਂ ਘਰ ਜਾ ਕੇ ਕੱਪੜੇ ਬੰਦੇ ਹੈ। ਨਹੀਂ ਸੀ ਸੀ ਟੀ ਵੀ ਵੀ ਇੱਕ ਅਲੱਗ ਚੀਜ਼ ਹੈ ਟੈਕਨੀਕਲ, ਔਰ ਬੇਸਿਕਲੀ ਇਹਦੇ 'ਚ ਜਿਹੜੀ ਹਾਰਡ ਇੰਟੈਲੀਜੈਂਸ ਹੈ ਹਿਊਮਨ ਇਨਪੁੱਟ ਵੀ ਬਹੁਤ ਪੁਲਿਸ ਨੇ ਅੱਛਾ ਯੂਜ਼ ਕੀਤਾ। ਮੈਂ ਤੁਹਾਨੂੰ ਦੱਸਿਆ ਸਾਡੇ ਇਹਨਾਂ ਦੀ ਟੀਮ ਨੇ ਜਿਹੜੀ ਬੀ ਡਿਵੀਜ਼ਨ ਦੀ ਹੈ, ਕੌਂਸਟੇਬਲ ਤੋਂ ਲੈ ਕੇ ASI 2-3 ਜਣਿਆਂ ਨੇ ਬਹੁਤ ਅੱਛਾ ਕੰਮ ਕੀਤਾ ਪ੍ਰੋਫੈਸ਼ਨਲ, ਜਿਸ ਤਰ੍ਹਾਂ ਕਿ ਹਿਊਮਨ ਇੰਟ ਨੂੰ ਵੀ ਹਿਊਮਨ ਇੰਟੈਲੀਜੈਂਸ ਨੂੰ ਡਿਵੈਲਪ ਕਰਕੇ ਵੀ ਬਹੁਤ ਇਹਦੇ 'ਚ ਕਾਮਯਾਬੀ ਹੋਈ। ਨਜਾਇਜ਼ ਹੈ ਜੀ ਵੈਪਨ ਤਾਂ ਚੈੱਕ ਕਰ ਰਹੇ, ਹੁਣ ਕਿੱਥੋਂ ਲੈ ਕੇ ਆਇਆ ਉਹਨੂੰ ਵੀ ਫੜਾਂਗੇ। ਇੱਕ ਨਕਲੀ ਦੱਸ ਰਹੇ ਮਤਲਬ ਅਜੇ ਤਾਂ ਬਹੁਤ ਟੂ ਅਰਲੀ ਹੈ, ਆਪਾਂ ਤਾਂ ਪਹਿਲਾਂ ਬੇਸਿਕਲੀ ਹੁਣ ਰਿਕਵਰੀ ਵੱਲ ਪਏ ਹੋਏ ਹਾਂ, ਆਪਾਂ ਨੂੰ ਵੈਪਨ ਮਿਲ ਗਏ, ਆਪਾਂ ਨੂੰ ਵਹੀਕਲ ਮਿਲ ਗਿਆ, ਸਾਰਾ ਕੰਮ ਕੰਪਲੀਟ ਹੋ ਗਿਆ। ਦੇਖੋ ਭਾਈ ਸਾਹਿਬ ਇਹ ਤਾਂ ਮਾਈਂਡ ਸੈੱਟ ਔਰ ਮੈਂਸਰੀਆ ਦੇਖਣਾ ਪਏਗਾ ਕਿ ਬੰਦੇ ਦਾ ਕ੍ਰਿਮੀਨਲ ਇੰਟੈਂਸ਼ਨ ਉਸ ਟਾਈਮ 'ਤੇ ਕੀ ਸੀਗੀ, ਉਹ ਆਪਾਂ ਆਈ ਕਾਂਟ ਸੇ ਜਦੋਂ ਬੰਦਾ ਸਾਹਮਣੇ ਆਏਗਾ ਇਨਵੈਸਟੀਗੇਸ਼ਨ 'ਚ ਦੱਸੇਗਾ ਆਪਣਾ ਪੱਖ, ਉਹਦੇ ਮੁਤਾਬਕ ਹੀ ਕਾਰਵਾਈ ਹੋਏਗੀ।